ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਤੁਹਾਡਾ ਸਾਡੇ ਪ੍ਰੋਗਰਾਮ ਰਿਸ਼ਤੇ ਹੀ ਰਿਸ਼ਤੇ ਵਿੱਚ। ਅੱਜ ਦੇ ਐਪੀਸੋਡ ਵਿੱਚ ਮੈਂ ਤੁਹਾਨੂੰ ਜਾਣੂ ਕਰਵਾਵਾਂਗੀ ਕੁਝ ਅਜਿਹੇ ਕੈਂਡੀਡੇਟਸ ਨਾਲ ਜਿਹੜੇ ਕਿ ਆਪਣੇ ਵਿਆਹ ਦਾ ਸਫ਼ਰ ਸ਼ੁਰੂ ਕਰਨ ਲਈ ਬਿਲਕੁਲ ਤਿਆਰ ਹਨ। ਤਾਂ ਜੀ, ਅੱਜ ਦੇ ਐਪੀਸੋਡ ਦੀ ਜਿਹੜੀ ਪਹਿਲੀ ਪ੍ਰੋਫਾਈਲ ਆਈ ਹੋਇਆ 43 ਸਾਲਾਂ ਦੇ 5 ਫੁੱਟ 11 ਇੰਚ ਅਨਮੈਰਿਡ ਗੁੱਡ ਲੁਕਿੰਗ ਸਿੱਖ ਨਾਈ ਮੁੰਡੇ ਦੀ, ਸਿਟੀਜ਼ਨ ਨੇ UK ਦੇ ਵਿੱਚ, ਅਤੇ BSC ਕੀਤੀ ਹੋਈ ਇਹਨਾਂ ਨੇ ਕੰਪਿਊਟਰ ਸਾਇੰਸ ਦੇ ਵਿੱਚ, ਅਤੇ ਟੈਲੀਕਮਿਊਨੀਕੇਸ਼ਨ ਪ੍ਰੋਫੈਸ਼ਨਲ ਐਜ਼ ਅ ਕੰਮ ਕਰ ਰਹੇ ਨੇ, ਅਤੇ ਇੰਡੀਅਨ ਬੈਕਗਰਾਊਂਡ ਇਹਨਾਂ ਦਾ ਹੈਗਾ ਚੰਡੀਗੜ੍ਹ ਦਾ। ਇਹ ਲੱਭ ਰਹੇ ਨੇ ਆਪਣੇ ਲਈ 34 ਤੋਂ 38 ਸਾਲਾਂ ਦੀ PR ਵਰਕ ਪਰਮਿਟ ਹੋਲਡਰ ਸਿੱਖ ਨਾਈ ਕੁੜੀ ਨੂੰ। ਕਾਸਟ ਨੋ ਬਾਰੇ ਇਹਨਾਂ ਨੇ ਦੱਸਿਆ, ਅਤੇ ਕੰਟਰੀ ਲਈ ਰਿਕੁਆਇਰਮੈਂਟ ਦੱਸੀਆਂ ਨੇ ਯੂਨਾਈਟਿਡ ਕਿੰਗਡਮਸ ਦੀਆਂ। 34 ਸਾਲਾਂ ਦੇ 5 ਫੁੱਟ 11 ਇੰਚ ਅਨਮੈਰਿਡ ਗੁੱਡ ਲੁਕਿੰਗ ਜੱਟ ਸਿੱਖ ਮੁੰਡੇ ਦੀ ਪ੍ਰੋਫਾਈਲ ਆਈ ਹੈ ਜੀ। ਸਟੂਡੈਂਟ ਵੀਜ਼ਾ 'ਤੇ ਨੇ ਆਸਟ੍ਰੇਲੀਆ ਦੇ ਵਿੱਚ, ਅਤੇ ਹੋਸਪਿਟੈਲਿਟੀ ਮੈਨੇਜਮੈਂਟ ਦੇ ਵਿੱਚ ਇਹਨਾਂ ਨੇ ਡਿਪਲੋਮਾ ਕੀਤਾ ਹੋਇਆ ਹੈ, ਅਤੇ ਐਜ਼ ਆ ਫਾਰਮਰ ਕੰਮ ਕਰ ਰਹੇ ਨੇ ਗਰੇਪ ਫਾਰਮਿੰਗ ਦੇ ਵਿੱਚ। ਇੰਡੀਅਨ ਬੈਕਗਰਾਊਂਡ ਇਹਨਾਂ ਦਾ ਹੈਗਾ ਹੈ ਪਟਿਆਲਾ ਪੰਜਾਬ ਦਾ, ਅਤੇ ਇਹ ਲੱਭ ਰਹੇ ਨੇ ਆਪਣੇ ਲਈ ਅਨਮੈਰਿਡ 27 ਤੋਂ 33 ਸਾਲਾਂ ਦੀ PR ਵਰਕ ਪਰਮਿਟ ਹੋਲਡਰ ਜੱਟ ਸਿੱਖ ਕੁੜੀ ਨੂੰ ਆਸਟ੍ਰੇਲੀਆ ਤੋਂ। 25 ਸਾਲਾਂ ਦੇ 5 ਫੁੱਟ 7 ਇੰਚ ਗੁੱਡ ਲੁਕਿੰਗ ਅਨਮੈਰਿਡ ਸਿੱਖ ਰਾਜਪੂਤ ਮੁੰਡੇ ਦੀ ਪ੍ਰੋਫਾਈਲ ਆਈ ਹੈ ਜੀ। ਵਰਕ ਪਰਮਿਟ ਹੋਲਡਰ ਨੇ ਆਸਟ੍ਰੇਲੀਆ ਦੇ ਵਿੱਚ, ਅਤੇ ਅੰਡਰ ਗ੍ਰੈਜੂਏਟ ਨੇ ਸਿਵਲ ਇੰਜੀਨੀਅਰਿੰਗ ਅਤੇ ਸਟਰਕਚਰਲ ਇੰਜੀਨੀਅਰਿੰਗ ਦੇ ਵਿੱਚ, ਅਤੇ ਐਜ਼ ਅ ਟ੍ਰੈਫਿਕ ਪਲੈਨਰ ਅਤੇ ਪ੍ਰੋਜੈਕਟ ਮੈਨੇਜਰ ਕੰਮ ਕਰ ਰਹੇ ਨੇ। ਬੈਕਗਰਾਊਂਡ ਦੀ ਜੇ ਗੱਲ ਕਰੀਏ ਤਾਂ ਤਰਨ ਤਾਰਨ ਪੰਜਾਬ ਦਾ ਇਹਨਾਂ ਦਾ ਬੈਕਗਰਾਊਂਡ ਹੈਗਾ ਹੈ, ਅਤੇ ਇਹ ਲੱਭ ਰਹੇ ਨੇ ਆਪਣੇ ਲਈ ਅਨਮੈਰਿਡ 28 ਤੋਂ 25 ਸਾਲਾਂ ਦੀ PR ਵਰਕ ਪਰਮਿਟ ਹੋਲਡਰ ਸਿੱਖ ਹਿੰਦੂ ਰਾਜਪੂਤ ਕੁੜੀ ਨੂੰ। ਨਾਲ ਹੀ ਕਾਸਨੋ ਬਾਰੇ ਇਹਨਾਂ ਨੇ ਦੱਸਿਆ, ਫਰੋਮ ਆਸਟ੍ਰੇਲੀਆ ਜਾਂ ਫਿਰ ਇੰਡੀਆ ਤੋਂ। ਆਸਟ੍ਰੇਲੀਆ ਅਤੇ ਇੰਡੀਆ ਦੀ ਰਿਕੁਆਇਰਮੈਂਟਸ ਨੇ ਇਸ ਪ੍ਰੋਫਾਈਲ ਲਈ, ਅਤੇ ਜਿਹੜੇ ਜਿਹੜੇ ਵੀ ਇੰਡੀਆ ਤੋਂ ਜਾਂ ਫਿਰ ਆਸਟ੍ਰੇਲੀਆ ਤੋਂ ਸੁਣ ਰਹੀਆਂ ਨੇ ਕੁੜੀਆਂ, ਜੇ ਤੁਹਾਨੂੰ ਲੱਗਦਾ ਹੈ ਕਿ ਇਹ ਪ੍ਰੋਫਾਈਲ ਤੁਹਾਡੇ ਲਈ ਸਹੀ ਹੈ ਤਾਂ ਤੁਸੀਂ ਕੰਟੈਕਟ ਕਰ ਸਕਦੇ ਹੋ। ਨੈਕਸਟ ਪ੍ਰੋਫਾਈਲ ਦੀ ਜੇ ਗੱਲ ਕਰੀਏ ਤਾਂ 26 ਸਾਲਾਂ ਦੇ 5 ਫੁੱਟ 11 ਇੰਚ ਅਨਮੈਰਿਡ ਹਿੰਦੂ ਬਾਹਮਣ ਮੁੰਡੇ ਦੀ ਪ੍ਰੋਫਾਈਲ ਆਈ ਹੈ ਜੀ। ਪਰਮਾਨੈਂਟ ਰੈਜੀਡੈਂਟ ਨੇ ਨਿਊਜ਼ੀਲੈਂਡ ਦੇ ਵਿੱਚ, ਅਤੇ ਇਹਨਾਂ ਨੇ IT ਦੇ ਵਿੱਚ ਡਿਪਲੋਮਾ ਕੀਤਾ ਹੋਇਆ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ, ਅਤੇ ਐਜ਼ ਅ ਟਰੱਕ ਡਰਾਈਵਰ ਦੇ ਕੰਮ ਕਰ ਰਹੇ ਨੇ। ਅਤੇ ਜੇ ਬੈਕਗਰਾਊਂਡ ਦੀ ਗੱਲ ਕਰੀਏ ਤਾਂ ਫਗਵਾੜਾ ਪੰਜਾਬ ਦਾ ਇਹਨਾਂ ਦਾ ਬੈਕਗਰਾਊਂਡ ਹੈਗਾ ਹੈ, ਅਤੇ ਇਹ ਲੱਭ ਰਹੇ ਨੇ ਆਪਣੇ ਲਈ 24 ਤੋਂ 26 ਸਾਲਾਂ ਦੀ PR ਵਰਕ ਪਰਮਿਟ ਹੋਲਡਰ, ਸਟੂਡੈਂਟ ਵੀਜ਼ਾ ਅਤੇ ਟੈਂਪਰੇਰੀ ਵੀਜ਼ਾ ਅਤੇ ਅਨਮੈਰਿਡ ਹਿੰਦੂ ਸਰਸਵਤ ਬ੍ਰਾਹਮਣ ਕੁੜੀ ਨੂੰ ਫਰੋਮ ਨਿਊਜ਼ੀਲੈਂਡ। 26 ਸਾਲਾਂ ਦੇ 5 ਫੁੱਟ 11 ਇੰਚ ਅਨਮੈਰਿਡ ਹਿੰਦੂ ਬ੍ਰਾਹਮਣ ਮੁੰਡੇ ਦੀ ਪ੍ਰੋਫਾਈਲ ਹੈ। ਪਰਮਾਨੈਂਟ ਰੈਜੀਡੈਂਟ ਨੇ ਨਿਊਜ਼ੀਲੈਂਡ ਦੇ ਵਿੱਚ, ਅਤੇ ਉਹਨਾਂ ਨੇ ਡਿਪਲੋਮਾ ਕੀਤਾ ਹੋਇਆ ਇਨਫੋਰਮੇਸ਼ਨ ਟੈਕਨੋਲੋਜੀ ਦੇ ਵਿੱਚ, ਅਤੇ ਐਜ਼ ਅ ਟਰੱਕ ਡਰਾਈਵਰ ਇਹ ਕੰਮ ਕਰ ਰਹੇ ਨੇ। ਅਤੇ ਇੰਡੀਅਨ ਬੈਕਗਰਾਊਂਡ ਦੀ ਜੇ ਗੱਲ ਕਰੀਏ ਤਾਂ ਫਗਵਾੜਾ ਪੰਜਾਬ ਨਾਲ ਇਹ ਸੰਬੰਧ ਰੱਖਦੇ ਨੇ। ਇਹ ਲੱਭ ਰਹੇ ਨੇ ਆਪਣੇ ਲਈ 24 ਤੋਂ 26 ਸਾਲਾਂ ਦੀ PR ਜਾਂ ਵਰਕ ਪਰਮਿਟ ਹੋਲਡਰ, ਸਟੂਡੈਂਟ ਵੀਜ਼ਾ ਜਾਂ ਟੈਂਪਰੇਰੀ ਵੀਜ਼ਾ ਅਤੇ ਅਨਮੈਰਿਡ ਹਿੰਦੂ ਸਰਸਵਤ ਬ੍ਰਾਹਮਣ ਕੁੜੀ ਨੂੰ ਨਿਊਜ਼ੀਲੈਂਡ ਦੀ ਸਿਟੀਜ਼ਨ ਹੋਵੇ ਕੁੜੀ, ਇਹ ਇਹਨਾਂ ਦੀਆਂ ਰਿਕੁਆਇਰਮੈਂਟਸ ਨੇ। ਨੈਕਸਟ ਪ੍ਰੋਫਾਈਲ ਆਈ ਹੈ ਜੀ 30 ਸਾਲਾਂ ਦੇ 6 ਫੁੱਟ ਅਨਮੈਰਿਡ ਸਿੱਖ ਰਵਿਦਾਸੀਆ ਮੁੰਡੇ ਦੀ, ਫਤਿਹਗੜ੍ਹ ਸਾਹਿਬ ਦੇ ਵਿੱਚ ਰਹਿ ਰਹੇ ਨੇ, ਅਤੇ ਮਾਸਟਰਸ ਕੀਤੀ ਹੋਈ ਹੈ ਇਹਨਾਂ ਨੇ ਹਿਸਟਰੀ ਦੇ ਵਿੱਚ, ਅਤੇ ਡਿਪਲੋਮਾ ਕੀਤਾ ਹੋਇਆ ITI ਇਲੈਕਟ੍ਰੀਸ਼ੀਅਨ ਦਾ, ਅਤੇ ਗੌਰਮੈਂਟ ਜੋਬ ਕਰ ਰਹੇ ਨੇ ਇਸੇ ਫੀਲਡ ਦੇ ਵਿੱਚ। ਅਤੇ ਲੱਭ ਰਹੇ ਨੇ ਆਪਣੇ ਲਈ 24 ਤੋਂ 28 ਸਾਲਾਂ ਦੀ ਅਨਮੈਰਿਡ ਸਿੱਖ ਰਵਿਦਾਸੀਆ ਕੁੜੀ ਨੂੰ ਪੰਜਾਬ ਤੋਂ ਹੀ। ਇੰਡੀਆ ਤੋਂ ਇਹ ਪ੍ਰੋਫਾਈਲ ਲਈ ਹੈ, ਅਤੇ ਇੰਡੀਆ ਦੇ ਵਿੱਚ ਹੀ ਇਹਨਾਂ ਨੂੰ ਕੁੜੀ ਚਾਹੀਦੀ ਹੈ। ਨੈਕਸਟ ਪ੍ਰੋਫਾਈਲ ਆਈ ਹੈ ਜੀ 31 ਸਾਲਾਂ ਦੇ 5 ਫੁੱਟ 10 ਇੰਚ ਅਨਮੈਰਿਡ ਸਿੱਖ ਰਵਿਦਾਸੀਆ ਮੁੰਡੇ ਦੀ, ਵਰਕ ਪਰਮਿਟ ਹੋਲਡਰ ਨੇ ਕੈਨੇਡਾ ਦੇ ਵਿੱਚ, ਅਤੇ ਡਿਪਲੋਮਾ ਕੀਤਾ ਹੋਇਆ ਇਹਨਾਂ ਨੇ ਲਾਈਸੀਓ ਸਾਇੰਟੀਫਿਕੋ ਦੇ ਵਿੱਚ, ਅਤੇ ਪ੍ਰਾਈਵੇਟ ਜੋਬ ਕਰ ਰਹੇ ਨੇ ਕੰਸਟਰਕਸ਼ਨ ਫੀਲਡ ਦੇ ਵਿੱਚ। ਅਤੇ ਬੈਕਗਰਾਊਂਡ ਦੀ ਜੇ ਗੱਲ ਕਰੀਏ ਤਾਂ ਨਵਾਂ ਸ਼ਹਿਰ ਪੰਜਾਬ ਨਾਲ ਸੰਬੰਧ ਰੱਖਦੇ ਨੇ, ਅਤੇ ਇਹਨਾਂ ਨੂੰ ਭਾਲ ਆਪਣੇ ਲਈ 22 ਤੋਂ 29 ਸਾਲਾਂ ਦੀ PR ਅਨਮੈਰਿਡ ਸਿੱਖ ਰਵਿਦਾਸੀਅਨ ਕਾਸਟ ਨੂੰ ਬਾਰੇ ਇਹਨਾਂ ਨੇ ਦੱਸਿਆ ਹੈ। ਅਤੇ ਕੰਟਰੀਜ਼ ਲਈ ਰਿਕੁਆਇਰਮੈਂਟ ਨੇ ਯੂਨਾਈਟਿਡ ਸਟੇਟਸ ਜਾਂ ਫਿਰ ਕੈਨੇਡਾ ਦੀਆਂ। 35 ਸਾਲਾਂ ਦੇ 6 ਫੁੱਟ ਅਨਮੈਰਿਡ ਗੁੱਡ ਲੁਕਿੰਗ ਸਿੱਖ ਸਿਟੀਜ਼ਨ ਦੀ ਇਹ ਪ੍ਰੋਫਾਈਲ ਹੈ ਸੈਣੀ ਮੁੰਡੇ ਦੀ, ਆਸਟ੍ਰੇਲੀਆ ਤੋਂ। ਇਹਨਾਂ ਨੇ ਡਿਪਲੋਮਾ ਕੀਤਾ ਹੋਇਆ ਹੋਸਪਿਟੈਲਿਟੀ ਅਤੇ ਬਿਜ਼ਨਸ ਮੈਨੇਜਮੈਂਟ ਦੇ ਵਿੱਚ, ਅਤੇ ਐਜ਼ ਅ ਟਰੱਕ ਡਰਾਈਵਰ ਕੰਮ ਕਰ ਰਹੇ ਨੇ। ਅਤੇ ਬੈਕਗਰਾਊਂਡ ਦੀ ਜੇ ਗੱਲ ਕਰੀਏ ਤਾਂ ਨਵਾਂ ਸ਼ਹਿਰ ਪੰਜਾਬ ਨਾਲ ਇਹ ਸੰਬੰਧ ਰੱਖਦੇ ਨੇ। ਇਹਨਾਂ ਨੂੰ ਤਲਾਸ਼ ਆਪਣੇ ਲਈ 28 ਤੋਂ 33 ਸਾਲਾਂ ਦੀ ਪਰਮਾਨੈਂਟ ਰੈਜੀਡੈਂਟ, ਸਟੂਡੈਂਟ ਵੀਜ਼ਾ, ਟੈਂਪਰੇਰੀ ਵੀਜ਼ਾ, ਵਰਕ ਪਰਮਿਟ ਹੋਲਡਰ, ਅਨਮੈਰਿਡ ਸਿੱਖ ਸੈਣੀ ਕੁੜੀ ਦੀ ਇੰਡੀਆ, ਆਸਟ੍ਰੇਲੀਆ ਜਾਂ ਫਿਰ ਨਿਊਜ਼ੀਲੈਂਡ ਤੋਂ। 31 ਸਾਲਾਂ ਦੇ 5 ਫੁੱਟ 10 ਇੰਚ ਅਨਮੈਰਿਡ ਜੱਟ ਸਿੱਖ ਮੁੰਡੇ ਦੀ ਪ੍ਰੋਫਾਈਲ ਹੈ। ਪਰਮਾਨੈਂਟ ਰੈਜੀਡੈਂਟ ਨੇ ਕੈਨੇਡਾ ਦੇ ਵਿੱਚ, ਅਤੇ ਮਾਸਟਰਸ ਕੀਤੀ ਹੋਈ ਹੈ ਫਾਰਮੇਸੀ ਦੇ ਵਿੱਚ, ਅਤੇ ਮਾਸਟਰਸ ਵੀ ਇਹਨਾਂ ਨੇ ਕੈਨੇਡਾ ਤੋਂ ਹੀ ਕੀਤੀ ਹੋਈ ਹੈ, ਅਤੇ ਐਜ਼ ਆ ਫਾਰਮੇਸਿਸਟ ਵਰਕ ਕਰ ਰਹੇ ਨੇ। ਇੰਡੀਅਨ ਬੈਕਗਰਾਊਂਡ ਇਹਨਾਂ ਦਾ ਹੈਗਾ ਸੰਗਰੂਰ ਪੰਜਾਬ ਦਾ, ਅਤੇ ਇਹ ਲੱਭ ਰਹੇ ਨੇ ਆਪਣੇ ਲਈ 26 ਤੋਂ 30 ਸਾਲਾਂ ਦੀ ਪਰਮਾਨੈਂਟ ਰੈਜੀਡੈਂਟ, ਸਿਟੀਜ਼ਨ, ਵਰਕ ਪਰਮਿਟ ਹੋਲਡਰ, ਸਟੂਡੈਂਟ ਵੀਜ਼ਾ ਜਾਂ ਟੈਂਪਰੇਰੀ ਵੀਜ਼ਾ ਅਤੇ ਅਨਮੈਰਿਡ ਜੱਟ ਸਿੱਖ ਕੁੜੀ ਨੂੰ ਕੈਨੇਡਾ, ਇੰਡੀਆ ਜਾਂ ਫਿਰ US ਤੋਂ। ਅੱਜ ਦੇ ਐਪੀਸੋਡ ਦੀ ਜਿਹੜੀ ਸਭ ਤੋਂ ਲਾਸਟ ਪ੍ਰੋਫਾਈਲ ਹੈਗੀ ਹੈ ਉਹ ਹੈ ਜੀ 25 ਸਾਲਾਂ ਦੇ 5 ਫੁੱਟ 9 ਇੰਚ ਗੁੱਡ ਲੁਕਿੰਗ ਅਨਮੈਰਿਡ
ਚੜ੍ਹ ਸਿੱਖ ਮੁੰਡੇ ਦੀ ਸਟੂਡੈਂਟ ਵੀਜ਼ਾ 'ਤੇ ਨੇ ਆਸਟ੍ਰੇਲੀਆ ਦੇ ਵਿੱਚ ਅਤੇ ਡਿਪਲੋਮਾ ਕੀਤਾ ਹੋਇਆ ਇਹਨਾਂ ਨੇ ਕਰੋਕਰੀ ਅਤੇ ਪਰਸਿਊ ਕਰ ਰਹੇ ਨੇ ਡਿਪਲੋਮਾ ਹੋਸਪਿਟੈਲਿਟੀ ਮੈਨੇਜਮੈਂਟ ਦਾ ਐਜ਼ ਅ ਟਰੱਕ ਡਰਾਈਵਰ ਇਹ ਕੰਮ ਕਰ ਰਹੇ ਨੇ ਅਤੇ ਇੰਡੀਅਨ ਬੈਕਗਰਾਊਂਡ ਇਹਨਾਂ ਦਾ ਹੈਗਾ ਪਟਿਆਲਾ ਪੰਜਾਬ ਦਾ ਇਹਨਾਂ ਨੂੰ ਤਲਾਸ਼ ਆਪਣੇ ਲਈ ਅਨਮੈਰਿਡ 22 ਤੋਂ 26 ਸਾਲਾਂ ਦੀ PR ਵਰਕ ਪਰਮਿਟ ਹੋਲਡਰ ਜੜ੍ਹ ਸਿੱਖ ਕੁੜੀ ਆਸਟ੍ਰੇਲੀਆ ਤੋਂ ਤਾਂ ਇਹ ਸੀਗੀਆਂ ਜੀ ਅੱਜ ਦੇ ਐਪੀਸੋਡ ਦੀਆਂ 10 ਪ੍ਰੋਫਾਈਲਸ ਉਹਨਾਂ ਕੈਂਡੀਡੇਟਸ ਦੀ ਪ੍ਰੋਫਾਈਲਸ ਜਿਹੜੇ ਆਪਣੇ ਵਿਆਹ ਦੇ ਸਫ਼ਰ ਦੀ ਸ਼ੁਰੂਆਤ ਕਰਨਾ ਚਾਹੁੰਦੇ ਨੇ ਅਤੇ ਜੇ ਤੁਸੀਂ ਸਾਨੂੰ ਆਪਣੀ ਪ੍ਰੋਫਾਈਲਸ ਭੇਜਣਾ ਚਾਹੁੰਦੇ ਹੋ ਜਾਂ ਕਿਸੇ ਵੀ ਪ੍ਰੋਫਾਈਲ ਬਾਰੇ ਕੁਝ ਹੋਰ ਜਾਣਨਾ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਕੰਟੈਕਟ ਕਰ ਸਕਦੇ ਹੋ ਸਾਡਾ ਕੰਟੈਕਟ ਨੰਬਰ ਹੈਗਾ ਜੀ 6478886000 ਜਾਂ ਫਿਰ ਤੁਸੀਂ ਸਾਡੀ ਵੈਬਸਾਈਟ 'ਤੇ ਵਿਜ਼ਿਟ ਕਰ ਸਕਦੇ ਹੋ ਸਾਡੀ ਵੈਬਸਾਈਟ ਹੈਗੀ ਹੈ ਜੀ www.nrambi.com 'ਤੇ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਦੀ